ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪੀਸੀ ਰਾਊਤ ਰਾਜਪੂਤ, ਸੁਰਮਾ ਪੰਜਾਬ। ਸੁਰਮਾ ਪੰਜਾਬ ਵੈਬ ਟੀ ਵੀ ਅੱਜ ਪਹੁੰਚਿਆ ਹੈ ਆਦਮਪੁਰ ਥਾਣੇ, ਔਰ ਆਦਮਪੁਰ ਥਾਣੇ ਵਿੱਚ ਹੁਣੇ ਕੁਛ ਦਿਨਾਂ ਤੋਂ ਇੰਚਾਰਜ ਸਾਹਿਬ ਸੰਭਾਲੇ, ਕੁਰਸੀ ਸੰਭਾਲੇ ਸਾਡੇ ਡੀ ਐਸ ਪੀ ਸਾਹਿਬ ਸੁਰਿੰਦਰ ਸਰ ਦਾ ਬਹੁਤ ਬਹੁਤ ਧੰਨਵਾਦ ਹੈ। ਅੱਜ ਡੀ ਐਸ ਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਡੀ ਐਸ ਪੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸੁਰਮਾ ਪੰਜਾਬ 'ਚ। ਅਤੇ ਸਰ ਜੀ, ਤੁਸੀਂ ਜਿਤਨੇ ਦਿਨ ਵੀ ਹੋ ਗਿਆ ਹੈ ਕੁਰਸੀ ਸੰਭਾਲੇ ਹੋ ਜਾਂ ਡਿਊਟੀ ਸੰਭਾਲੇ ਹੋ, ਕੀ ਤੁਹਾਨੂੰ ਲੱਗਦਾ ਡਰੱਗਸ ਦੇ ਉੱਤੇ ਕੀ ਤੁਸੀਂ ਕਹਿਣਾ ਚਾਹੋਗੇ? ਜੋ ਤਿੰਨ ਥਾਣੇ ਤੁਹਾਡੇ ਅੰਦਰ ਹੈ, ਗੋਪੁਰ ਔਰ ਆਦਮਪੁਰ ਪਤਾਰਾ, ਅਤੇ ਸਰ ਜਰਾ ਜਨਤਾ ਦੇ ਨਾਲ ਤੁਹਾਡਾ ਕੀ ਤਾਲਮੇਲ ਹੈ? ਸਾਰੀ ਗੱਲਬਾਤ ਜਰਾ ਆਪਣੇ ਦੇਸ਼ ਦੇ ਲੋਕਾਂ ਨੂੰ ਦੱਸਿਓ। ਜਰਾ ਕਰੀਬ ਮੈਨੂੰ 2 ਹਫ਼ਤੇ ਹੋਣ ਲੱਗੇ ਇੱਥੇ ਮੈਨੂੰ ਜੁਆਇਨ ਕੀਤੇ ਨੂੰ, ਤਾਂ ਅਸੀਂ ਲਗਾਤਾਰ ਡਰੱਗਸ 'ਤੇ ਬਹੁਤ ਜ਼ਿਆਦਾ ਫੋਕਸ ਕੀਤਾ ਪਿਆ ਗੋਪੁਰ, ਆਦਮਪੁਰ ਔਰ ਪਤਾਰੇ ਵਿੱਚ। ਅਸੀਂ ਪਿੰਡ ਪਿੰਡ ਜਾ ਕੇ ਡੇਲੀ 3-3, 4-4 ਪਿੰਡ ਅਸੀਂ ਕਵਰ ਕਰ ਰਹੇ ਹਾਂ, ਪਬਲਿਕ ਦੇ ਨਾਲ ਮੀਟਿੰਗਾਂ ਕਰ ਰਹੇ ਹੈਗੇ ਹਾਂ। ਉੱਥੇ ਦੇ ਜਿਹੜੇ ਡਰੱਗਸ ਡਿਪੈਂਡੈਂਟ ਹੈਗੇ ਆ ਉਹਨਾਂ ਦੀ ਲਿਸਟ ਬਣਾ ਰਹੇ ਹਾਂ, ਜਾਂ ਡਰੱਗ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਬਾਰੇ ਤਾੜਨਾ ਦੇ ਰਹੇ ਉਹਨਾਂ ਨੂੰ ਵੀ ਉਹ ਜਿਹੜੇ ਪਿੰਡ ਪਿੰਡ ਜਾ ਕੇ ਲੈ ਰਹੇ ਲੋਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਸਾਡਾ ਸਹਿਯੋਗ ਦੇ ਰਹੇ ਆ, ਬਹੁਤ ਲਾਰਜ ਸਕੇਲ 'ਤੇ ਸਾਡੇ ਕੋਲ ਪਬਲਿਕ ਆ ਰਹੀ ਹੈਗੀ ਆ, ਔਰ ਆਪਣੇ ਵਿਚਾਰ ਵੀ ਦੱਸਦੇ, ਸਾਡੇ ਵਿਚਾਰ ਵੀ ਸੁਣਦੇ ਆ। ਵਿੱਚ ਸਰਪੰਚ ਹੁੰਦੇ ਆ, ਪੰਚ ਹੁੰਦੇ ਆ, ਪੁਰਾਣੇ ਬੰਦੇ ਆ, ਮੋਹਤਵਾਰ ਬੰਦੇ ਆ, ਬਹੁਤ ਜਿਹੜੇ ਪਿੰਡਾਂ ਦੇ ਬੜੇ ਪੜ੍ਹੇ ਲਿਖੇ ਆ, ਪ੍ਰੋਫੈਸਰ ਵਗੈਰਾ, ਟੀਚਰ ਵਗੈਰਾ, ਉਹ ਸਾਰੇ ਸਾਡੇ ਨਾਲ ਆ ਰਹੇ ਹੈਗੇ ਆ। ਔਰ ਉਹਨੇ ਖੁੱਲ੍ਹਾ ਸਮਰਥਨ ਦਿੱਤਾ ਪਿਆ ਵੀ ਜੋ ਵੀ ਤੁਸੀਂ ਡਰੱਗਸ ਸਾਡੇ ਸਹਿਯੋਗ ਲੈ ਸਕਦੇ ਆ ਉਹ ਲਓ। ਜਿੰਨੇ ਵੀ ਬੰਦੇ ਸਾਡੇ ਬੱਚੇ ਜਿਹੜੇ ਉਸ ਵੇਲੇ ਦੇ ਭਟਕ ਗਏ ਸੀਗੇ, ਅੱਜ ਉਹਨਾਂ ਨੂੰ ਅਸੀਂ ਦਵਾਈ ਦਵਾ ਰਹੇ ਹੈਗੇ, ਪੰਜਾਬ ਸਰਕਾਰ ਵੱਲੋਂ ਉਹਨੂੰ ਮੁਫਤ ਸਹੂਲਤ ਦੇ ਰਹੇ ਹੈਗੇ, ਔਰ ਵਧੀਆ ਤਰੀਕੇ ਨਾਲ ਅਸੀਂ SMO ਨੂੰ ਮਿਲ ਕੇ ਜਿੱਦਾਂ ਦੀ ਉਹਨੂੰ ਡੋਜ਼ ਚਾਹੀਦੀ ਉੱਦਾਂ ਦੀ, ਜੇ ਦਾਖਲ ਹੋਣਾ ਦਾਖਲ ਕਰਵਾਈਦਾ, ਜੇ ਉਸ ਨੂੰ ਕੋਈ ਮੈਡੀਸਨ ਚਾਹੀਦੀ ਉਹ ਮੈਡੀਸਨ ਦੇ ਦਿੱਤੀ ਆ। ਡੇਲੀ ਮੈਂ ਅਸੀਂ ਚੈੱਕ ਵੀ ਕਰਦੇ ਸੀ ਵੀ ਕੀ ਬੱਚਾ ਡੇਲੀ ਮੈਡੀਸਨ ਲੈ ਰਿਹਾ ਹੈਗਾ। ਤਾਂ ਸਾਡਾ ਵੀ ਇੱਕ ਟੀਚਾ ਹੈ ਕਿ ਪੂਰੇ ਪੰਜਾਬ ਜਿਹੜੇ ਬੱਚੇ, ਜਿੰਨੇ ਬੱਚੇ ਉਸ ਵੇਲੇ ਟਾਈਮ 'ਚ ਗੁੰਮਰਾਹ ਹੋ ਕੇ ਡਰੱਗ ਲੈਣ ਲੱਗ ਪਿਆ ਸੀ, ਅਸੀਂ ਪੂਰਾ ਉਹਨੂੰ ਤੰਦਰੁਸਤ ਕਰਨਾ। ਜਦ ਤੱਕ ਸਾਡਾ ਮਿਸ਼ਨ ਕਲੀਅਰ ਨਹੀਂ ਹੁੰਦਾ ਸੀ, ਅਸੀਂ ਕਾਮਯਾਬ ਨਹੀਂ, ਤਦ ਤੱਕ ਇਸ ਮਿਸ਼ਨ ਨੂੰ ਛੱਡਣਾ ਨਹੀਂ ਹੈ। ਔਰ ਮੈਂ ਤੁਹਾਨੂੰ ਇਹ 'ਚ ਇਹ ਵੀ ਗੱਲ ਦੱਸਣਾ ਚਾਹੁੰਦਾ ਹੈਗਾ ਕਿ ਇਸ ਮਿਸ਼ਨ ਵਿੱਚ ਜੋ ਅਸੀਂ ਪ੍ਰਸ਼ਾਸਨ ਨੇ, ਸਰਕਾਰ ਮਿਲਣਾ, ਉਹ ਪਬਲਿਕ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ। ਜਿਸ ਪਿੰਡ 'ਚ ਵੀ ਜਾ ਰਹੇ ਹਾਂ, ਬਹੁਤ ਲੋਕ ਹੁੰਮ ਹੁੰਮਾ ਕੇ ਸਾਡੇ ਕੋਲ ਆ ਰਹੇ ਆ, ਬੱਚੇ ਵੀ ਆ ਰਹੇ ਆ, ਲੇਡੀਜ਼ ਵੀ ਆ ਰਹੀਆਂ, ਮਤਲਬ ਬਹੁਤ ਅਮੇਜਿੰਗ ਹੈ ਕਿ ਇੰਨੇ ਲਾਰਜ ਸਕੇਲ ਸਾਡੇ ਕੋਲ ਆਇਆ। ਕਈ ਵਾਰੀ ਤਾਂ ਬਹੁਤ ਬਰਸਾਤ 'ਚ ਵੀ ਲੈਕਚਰ ਕਰੀਦਾ, ਉਦੋਂ ਵੀ ਕਈ ਪਬਲਿਕ ਉੱਠ ਕੇ ਨਹੀਂ ਆਉਂਦੀ, ਕਈ ਵਾਰੀ ਬਹੁਤ ਗਰਮੀ ਹੁੰਦੀ ਆ, ਉਹਦੇ ਵਿੱਚ ਵੀ ਸਾਡਾ ਸਹਿਯੋਗ ਦਿੰਦੇ। ਸੋ ਮੈਂ ਬਹੁਤ ਉਹਨਾਂ ਦਾ ਧੰਨਵਾਦ ਹਾਂ ਜਿਹੜੇ ਸਾਡੇ ਪੁਲਿਸ ਪ੍ਰਸ਼ਾਸਨ ਨਾਲ ਇੰਨਾ ਸਹਿਯੋਗ ਕਰ ਰਿਹਾ, ਔਰ ਤੁਹਾਨੂੰ ਮੈਂ ਵਿਸ਼ਵਾਸ ਦਵਾਉਣਾ ਇੱਕ ਦਿਨ ਅਸੀਂ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾ ਕੇ ਦਿਖਾਵਾਂਗੇ, ਉਹ ਨਸ਼ਾ ਮੁਕਤ ਬਣਾਵਾਂਗੇ ਜੀ। ਸਰ, ਜਿਹੜੇ ਤੁਸੀਂ ਐਕਟੀਵਿਟੀ ਕਰਦੇ ਹੋ, ਜਿਤਨੇ ਐਕਟੀਵਿਟੀ ਕੀਤੇ ਤੁਸੀਂ ਆਦਮਪੁਰ ਵਿੱਚ, ਜਿਹੜੇ ਤੁਹਾਡੇ ਏਰੀਆ ਪੈਂਦਾ ਸਰ, ਉਹਦੇ ਵਿੱਚ ਸਰ ਪਬਲਿਕ ਨੂੰ ਕਿੰਨਾ ਕੁ ਪਬਲਿਕ ਤੁਹਾਡੇ ਨਾਲ ਸਹਿਯੋਗ ਹੋਇਆ, ਉਹਦਾ ਪਬਲਿਕ ਨੂੰ ਫਾਇਦਾ ਹੋਇਆ, ਕੀ ਹੋਇਆ ਮਾੜੀ ਦੱਸਿਓ ਸਰ। ਪਬਲਿਕ ਨੂੰ ਤਾਂ ਇੱਕ ਇਹ ਗੱਲ ਹੈ ਕਿ ਜਿਹੜੇ ਤਾਂ ਗੁੰਮਰਾਹ ਹੋ ਗਏ ਬੱਚੇ, ਉਹਨਾਂ ਬਾਰੇ ਤਾਂ ਦੱਸ ਦਿੰਦੇ, ਬੱਚੇ ਤੁਹਾਨੂੰ ਦੱਸਦੇ ਵੀ ਆਹ ਸਾਡੇ ਬੱਚੇ ਹੈਗੇ ਆ, ਉਹਨਾਂ ਨੂੰ ਆਪਾਂ ਮੈਡੀਸਨ ਦੇ ਰਹੇ। ਸਭ ਤੋਂ ਜ਼ਿਆਦਾ ਫਾਇਦਾ ਇਹ ਹੋ ਰਿਹਾ ਕਿ ਜਿਹੜੇ ਬੱਚੇ ਬਹੁਤ ਇਨੋਸੈਂਟ ਆ, ਅੱਜ ਬਿਲਕੁਲ ਡਰੱਗਸ ਨਹੀਂ ਲੈਂਦੇ, ਅਸੀਂ ਉਹਨਾਂ ਬਾਰੇ ਵੀ ਕਹਿੰਦੇ ਹਾਂ ਕਿ ਵੀ ਜੀ ਇਹ ਬੱਚੇ ਨੂੰ ਆਪਾਂ ਉਹ ਸਟੈਪ ਚੱਕਣ ਨਹੀਂ ਦੇਣਾ ਜਿਹਨੂੰ ਆਪਾਂ ਕਹਿੰਦੇ ਹਾਂ ਫਸਟ ਐਪ। ਫਸਟ ਐਪ ਬੱਚੇ ਨੂੰ ਨਹੀਂ ਚੱਕਣਾ ਦੇਣਾ, ਜਿਸ ਕਰਕੇ ਬੱਚਾ ਉਹ ਨਵਾਂ ਬੱਚਾ ਜਿਹੜਾ ਕੋਈ ਬੱਚਾ ਉਹ ਡਰੱਗ ਨਾ ਲਵੇ। ਅਸੀਂ ਇਹ ਅਵੇਅਰ ਕਰ ਰਹੇ ਹਾਂ ਪਬਲਿਕ ਨੂੰ, ਉਹਦੇ ਮਾਂ ਬਾਪ ਨੂੰ, ਲੇਡੀਜ਼ ਨੂੰ, ਬੱਚਿਆਂ ਨੂੰ, ਆਪ ਜਾ ਕੇ ਜਿਹੜੇ ਸਪੋਰਟਸ ਕੰਪਲੈਕਸ ਚਾਹੀਦੇ ਉੱਥੇ ਜਾ ਕੇ ਸਮਝਾਈਦੇ ਆ ਵੀ ਬੇਟਾ ਜੋ ਕੁਛ ਕੋਈ ਹੋ ਜਾਵੇ ਤੁਸੀਂ ਡਰੱਗਸ ਨਹੀਂ ਲੈਣਾ। ਲੇਕਿਨ ਮੇਰੀ ਉਹਨਾਂ ਨੂੰ ਕੋਈ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਵੱਲ ਜੋ ਧਿਆਨ ਦੇਣ, ਬੱਚਾ ਇਕੱਲਾ ਕਿੱਥੇ ਜਾਂਦਾ, ਕਿੰਨਾ ਸੁਸਾਇਟੀ ਕਰਦਾ, ਕਿ ਕੋਈ ਡਰੱਗਸ ਤਾਂ ਨਹੀਂ ਲੈ ਰਿਹਾ, ਕਿਸੇ ਬੱਚੇ ਨਾਲ ਇੱਦਾਂ ਤਾਲਮੇਲ ਤਾਂ ਨਹੀਂ ਹੋ ਗਿਆ। ਇਹ ਸਾਡੇ ਨਾਲ ਨਾਲ ਮਾਂ ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ ਕਿ ਕੋਈ ਬੱਚਾ ਵੀ ਇੱਦਾਂ ਦੇ ਬੱਚੇ ਨਾਲ ਟੱਚ ਨਾ ਹੋਵੇ ਜਿਹੜਾ ਡਰੱਗਸ ਵੱਲ ਨੂੰ ਜਾਂਦਾ ਹੋਵੇ, ਕਿਉਂਕਿ ਡਰੱਗਸ ਕਈ ਵਾਰ ਇੱਦਾਂ ਹੁੰਦਾ ਸਾਨੂੰ ਬਹੁਤ ਲੇਟ ਪਤਾ ਲੱਗਦਾ ਮਾਂ ਬਾਪ ਨੂੰ, ਜਦੋਂ ਬੱਚਾ ਬਹੁਤ ਜ਼ਿਆਦਾ ਅੱਗੇ ਵੱਧ ਜਾਂਦਾ ਹੈਗਾ ਫਿਰ ਉਹਨੂੰ ਪਿੱਛੇ ਵਾਪਸ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਸਰ, ਜੋ ਟ੍ਰੈਫਿਕ ਸਮੱਸਿਆ ਹੈ ਉਹ ਆਦਮਪੁਰ ਵਿੱਚ,
ਉਹਦੇ ਲਈ ਤੁਹਾਡਾ ਪੁਲਿਸ ਦਾ ਕੀ ਯੋਗਦਾਨ ਹੈ, ਕਦੋਂ ਤੱਕ ਇਹ ਸਮੱਸਿਆ ਹੱਲ ਹੋ ਜਾਏਗੀ, ਜਰਾ ਪਲੀਜ਼ ਬਤਾ। ਗੱਲ ਟ੍ਰੈਫਿਕ ਦੀ ਇਹ ਹੈ ਕਿ ਸਾਡੇ ਇੱਥੇ ਰੋਡ ਬਣ ਰਿਹਾ ਹੈਗਾ, ਨਵਾਂ ਰੋਡ ਬਣ ਰਿਹਾ, ਡਬਲ ਲਾਈਨ ਬਣ ਰਹੀ ਹੈਗੀ ਆ, ਥੋੜ੍ਹੀ ਸਮੱਸਿਆ ਜ਼ਰੂਰ ਆ ਰਹੀ ਹੈ, ਲੇਕਿਨ ਫਿਰ ਵੀ ਅਸੀਂ ਜਿਹੜੇ ਦੁਕਾਨਦਾਰ ਹੈਗੇ ਆ ਔਰ ਪਬਲਿਕ ਦੇ ਸਹਿਯੋਗ ਨਾਲ ਅਸੀਂ ਸਲੂਸ਼ਨ ਲੱਭ ਰਹੇ ਵੀ ਕਿੱਥੇ ਪਾਰਕਿੰਗ ਕਰਾਈ ਜਾਵੇ, ਕਿੱਥੇ ਕਿੱਥੇ ਕੀ ਕਰਨਾ, ਕੁਛ ਅਵੇਅਰਨੈਸ ਵੀ ਕਰ ਰਹੇ ਹਾਂ ਵੀ ਕਿੱਥੇ ਪਾਰਕਿੰਗ ਕਰਨੀ ਚਾਹੀਦੀ ਹੈ। ਕਈ ਵਾਰੀ ਨਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਅਸੀਂ ਪਾਰਕਿੰਗ ਕਿੱਥੇ ਕਰਨੀ, ਉਹ ਰੋਂਗ ਪਾਰਕ ਕਰ ਦਿੰਦੇ ਆ, ਲੇਕਿਨ ਸਾਡੇ ਮੁਲਾਜ਼ਮ ਅੱਜ ਅਸੀਂ ਉਹਨੂੰ ਇਸ ਸੰਬੰਧੀ ਦਿਸ਼ਾ ਨਿਰਦੇਸ਼ ਦੇ ਰਹੇ ਹਾਂ ਦੁਕਾਨਦਾਰਾਂ ਨੂੰ, ਪਬਲਿਕ ਨੂੰ ਵੀ, ਕਿ ਜਿਹੜੀ ਪਾਰਕਿੰਗ ਹੈ ਜਿੱਥੇ ਬੈਸਟ ਤੁਹਾਡੀ ਇੱਕ ਕੰਫਰਟੇਬਲੀ ਪਾਰਕਿੰਗ ਉੱਥੇ ਕਰੋ, ਅਨਸਰੀ ਰੋਂਗ ਪਾਰਕਿੰਗ ਨਾ ਕੀਤੀ ਜਾਵੇ। ਔਰ ਮੈਂ ਥੋੜ੍ਹੇ ਟਾਈਮ ਦੇ ਵਿੱਚ ਆਪਾਂ ਇਸ ਪ੍ਰੋਬਲਮ ਨੂੰ ਸੋਲਵ ਕਰ ਲਵਾਂਗੇ, ਜਦ ਤੱਕ ਸਾਡੇ ਰੋਡ ਵੀ ਤਿਆਰ ਹੋ ਜਾਣੀ, ਮੇਰੇ ਖਿਆਲ 'ਚ ਉਸ ਤੋਂ ਬਾਅਦ ਆਪਣੇ ਟ੍ਰੈਫਿਕ ਸਮੱਸਿਆ ਨਹੀਂ ਕੋਈ ਰਹੂਗੀ। ਸਰ ਕਦੋਂ ਤੱਕ ਤੁਸੀਂ ਇਹ ਜਿਹੜਾ ਡਰੱਗਸ ਦਾ ਜਿਹੜਾ ਮੁਹਿੰਮ ਚਲਾਇਆ ਉਹ ਤੁਸੀਂ ਇਹ ਕਦੋਂ ਤੱਕ ਸਰ ਆਦਮਪੁਰ ਭੋਗਪੁਰ ਅਤੇ ਪਤਾਰਾ ਜਿਹੜੇ ਪਬਲਿਕਾਂ ਨੂੰ ਤੁਸੀਂ ਨਸ਼ਾ ਰਹਿਤ ਘੋਸ਼ਿਤ ਕਰੋਗੇ, ਕਦ ਤੱਕ ਉਮੀਦ ਕੀਤਾ ਜਾਏ, ਜਿਸ ਅੰਦਾਜ਼ ਨਾਲ ਜਿਸ ਸਪੀਡ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ? ਜੀ ਸਰ, ਜਿਸ ਹਿਸਾਬ ਨਾਲ ਅਸੀਂ ਲੋਕਾਂ ਦੇ ਜਾਂਦੇ ਹੈਗੇ, ਪਿੰਡਾਂ ਜਾਂਦੇ ਹਾਂ, ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਹੈਗਾ ਜੀ। ਜਿੱਦਾਂ ਪੂਰੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕ ਵਾਸਾਂ ਨੂੰ ਦੱਸ ਰਹੇ ਵੀ ਦੋ ਦੋ ਚਾਰ ਚਾਰ ਬੱਚੇ ਹੈਗੇ ਆ, ਪੰਜ ਪੰਜ ਸੱਤ ਬੱਚੇ ਹੈਗੇ, ਇਸ ਤੋਂ ਜ਼ਿਆਦਾ ਬੱਚੇ ਨਹੀਂ ਹੁੰਦੇ, ਉਹਨਾਂ ਨੂੰ ਆਲਰੇਡੀ ਹੁਣ ਉਹ ਆਪਣੀ ਮੈਡੀਸਨ ਵੀ ਲੈਣ ਲੱਗ ਪਏ, ਇਹਦਾ ਮਤਲਬ ਵੀ ਉਹ ਬੱਚੇ ਠੀਕ ਹੋ ਜਾਣਗੇ। ਗਾਹਾਂ ਅਸੀਂ ਬੱਚੇ ਨੂੰ ਡਰੱਗ ਲੈਣ ਨਹੀਂ ਦੇ ਰਹੇ ਹੈਗੇ, ਇਹ ਵੀ ਸਾਡੇ ਚਾਹ, ਮੇਰੇ ਖਿਆਲ ਨਾਲ ਬਹੁਤ ਸ਼ੋਰਟ ਟਾਈਮ ਦੇ ਵਿੱਚ ਅਸੀਂ ਡਿਕਲੇਅਰ ਕਰਾਂਗੇ ਵੀ ਪੰਜਾਬ ਬਿਲਕੁਲ ਨਸ਼ਾ ਮੁਕਤ ਹੋ ਗਿਆ, ਨਾ ਇੱਥੇ ਵੇਚਣ ਵਾਲਾ ਕੋਈ ਬਚੂਗਾ ਅਤੇ ਨਾ ਡਰੱਗਸ ਲੈਣ ਵਾਲਾ ਬਚੂਗਾ, ਔਰ ਡਿਮਾਂਡ ਔਰ ਸਪਲਾਈ ਦੋਨੇ ਅਸੀਂ ਬਿਲਕੁਲ ਜਿਹੜੀ ਹੈ ਖਤਮ ਕਰ ਦੇਵਾਂਗੇ, ਔਰ ਇੱਕ ਦਿਨ ਪੂਰਾ ਤੁਹਾਨੂੰ ਡਿਕਲੇਅਰ ਹੋਊਗਾ ਕਿ ਪੰਜਾਬ ਬਿਲਕੁਲ ਨਸ਼ਾ ਮੁਕਤ ਹੋ ਗਿਆ। ਸਰ, ਮੇਰਾ ਆਖਰੀ ਪ੍ਰਸ਼ਨ ਤੁਹਾਡੇ ਲਈ ਕਿ ਜਦੋਂ ਤੁਸੀਂ ਇਤਨੇ ਸਾਲ ਤੋਂ ਇਹ ਇਤਨੇ ਦਿਨ ਤੋਂ ਇਹ ਅਭਿਆਨ ਚਲਾ ਰਹੇ ਹੋ, ਜਦੋਂ ਦਾ ਸੀ ਐਮ ਸਾਹਿਬ ਸਟ੍ਰਿਕਨੈਸ ਹੋਏ ਨੇ ਔਰ ਪਬਲਿਕ ਜਾਗਰੂਕ ਹੋਏ ਨੇ, ਤਦੋਂ ਦਾ ਸਾਰੇ ਇਹ ਅਭਿਆਨ ਚੱਲਦਾ ਪਿਆ ਤਕਰੀਬਨ, ਸਰ ਕੀ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ? ਸਾਨੂੰ ਜਿਹੜਾ ਫੀਲਡ ਜਾ ਕੇ ਮੁਸ਼ਕਲਾਂ ਸਾਹਮਣਾ ਬਹੁਤ ਜਿਹੜੇ ਇਹ ਆ ਕਿ ਜਿਹੜੀ ਉਸ ਵੇਲੇ ਪ੍ਰੋਬਲਮ ਪਹਿਲੋਂ ਹੋਏ ਕਿ ਪਬਲਿਕ ਜਿਹੜੀ ਸਾਨੂੰ ਪ੍ਰੋਪਰ ਇਨਫੋਰਮ ਨਹੀਂ ਕਰ ਰਹੀ ਸੀ, ਜਿਹੜੇ ਡਰੱਗ ਲੈ ਰਹੇ ਉਹਨਾਂ ਬਾਰੇ ਵੀ ਇਨਫੋਰਮ ਨਹੀਂ ਕਰ ਰਹੇ ਸੀ, ਜਿਹੜੇ ਬੱਚੇ ਜਿਹੜੇ ਬੰਦੇ ਵੇਚ ਰਹੇ ਸੀ ਉਹਨਾਂ ਬਾਰੇ ਵੀ ਪ੍ਰੋਪਰ ਇਨਫੋਰਮ ਨਹੀਂ ਕਰ ਰਹੇ ਸੀ। ਸ਼ਾਇਦ ਹੋ ਸਕਦਾ ਕਿ ਉਹ ਤੋਂ ਇੱਦਾਂ ਦੇ ਹੁੰਦੇ ਕੁਛ ਡਰ ਵੀ ਸੀਗਾ ਕਿ ਸਾਡੇ ਪਿੰਡ 'ਚ ਵਿਗੜ ਜਾਊਗੀ ਜਾਂ ਸਾਡੇ ਦੁਸ਼ਮਣੀ ਪੈ ਜਾਊਗੀ, ਲੇਕਿਨ ਜਿੱਦਾਂ ਹੁਣ ਆਇਆ ਹੁਣ ਪਬਲਿਕ ਜਿਹੜੀ ਹੈ ਬਹੁਤ ਮਤਲਬ ਬਿਲਕੁਲ ਸਾਡੇ ਨਾਲ ਸਿੱਧੇ ਰਾਸਤਾ ਕਾਇਮ ਕਰ ਰਹੀ ਹੈਗੀ ਹੈ, ਸਾਨੂੰ ਇਨਫੋਰਮੇਸ਼ਨ ਦੇ ਰਹੀ, ਖੁੱਲ੍ਹ ਕੇ ਸਾਡੇ ਨਾਲ ਸਾਹਮਣੇ ਆ ਰਿਹਾ। ਉਸ ਤੋਂ ਇਲਾਵਾ ਵੀ ਸਾਡੇ ਇੱਕ ਨੰਬਰ ਦਿੱਤਾ ਹੈ, ਡਰੱਗ ਸੰਬੰਧੀ ਨੰਬਰ ਦਿੱਤਾ ਹੈ ਉਹਨਾਂ ਨੂੰ, ਮੈਂ ਆਪਣਾ ਨੰਬਰ ਦਿੱਤਾ ਆਪਣੇ SH ਤੋਂ ਨੰਬਰ ਦਿੱਤਾ ਵੀ ਤੁਸੀਂ ਮੈਨੂੰ ਫੋਨ 'ਤੇ ਜਦੋਂ ਮਰਜ਼ੀ ਦੱਸ ਸਕਦੇ ਵੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ। ਔਰ ਇੱਕ ਜਿਹੜਾ ਡਿਸਟ੍ਰਿਕਟ ਲੈਵਲ ਦਾ ਇੱਕ ਨੰਬਰ ਹੈਗਾ 9952567789, ਠੀਕ ਨਾ, ਇਹ ਨੰਬਰ ਹੈ, ਇਹ ਨੰਬਰ 'ਚ ਜਦੋਂ ਮਰਜ਼ੀ ਕਾਲ ਕਰੋ, ਕਿਸੇ ਵੀ ਜਿਹੜਾ ਡਰੱਗ ਲੈ ਰਿਹਾ ਉਹਦੇ ਬਾਰੇ ਇਨਫੋਰਮ ਕਰ ਸਕਦੇ, ਜਿਹੜਾ ਡਰੱਗ ਵੇਚ ਰਿਹਾ ਉਹਦੇ ਬਾਰੇ ਇਨਫੋਰਮ ਕਰ ਸਕਦੇ। ਸਰ, ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਬਤੌਰ DSP ਇੱਕ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਭੋਗਪੁਰ, ਆਦਮਪੁਰ ਔਰ ਮੇਰੇ ਪਤਾਰ ਦੇ ਜਿਹੜੇ ਜਿੰਨੇ ਵੀ ਸਰਪੰਚ ਹੈ, ਪੰਚ ਹੈ, ਬਹੁਤ ਵਾਰ ਇਨਸਾਨ ਹੈ, ਔਰ ਮੈਂ ਪਬਲਿਕ ਪਿੰਡਾਂ ਜਾ ਕੇ ਦੇਖਿਆ ਬਹੁਤ ਸਮਾਜ ਸੇਵੀ ਬਹੁਤ ਆਈਆਂ, ਬਹੁਤ ਪੜ੍ਹੇ ਲਿਖੇ ਵੀ ਇਨਸਾਨ ਹੈਗੇ ਆ, ਜਿਹੜੇ ਆਪਣੇ ਸੀਨੀਅਰ ਸਿਟੀਜ਼ਨ ਹੈ, ਜਿਹੜੇ ਪੰਜਾਬ ਨੂੰ ਸੁਧਾਰਨ ਦੇ ਵਿੱਚ ਬਹੁਤ ਇੰਟਰਸਟ ਲੈ ਰਹੇ ਹੈਗੇ ਆ, ਤਾਂ ਮਾਂ ਬਾਪ ਵੀ ਹੈਗਾ ਜਿਹੜੇ ਉਹ ਕਹਿੰਦੇ ਵੀ ਜੇ ਸਾਡਾ ਬੱਚਾ ਖਰਾਬ ਹੋਊਗਾ ਹੋਰ ਕਿਸੇ ਬੱਚਾ ਨਾ ਖਰਾਬ ਹੁੰਦੀ ਹੈ, ਇੱਦਾਂ ਦੇ ਜਿਹੜੇ ਪਬਲਿਕ ਹੈ, ਮੈਂ ਉਹਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਖੁੱਲ੍ਹ ਕੇ ਪੁਲਿਸ ਦਾ ਸਾਥ ਦਿਓ, ਜਿੱਦਾਂ ਵੀ ਹੋਊਗਾ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ, ਤੁਹਾਡਾ ਜੇ ਤੁਸੀਂ ਇਨਫੋਰਮੇਸ਼ਨ ਦਿਓਗੇ ਕੋਈ ਦੇ ਪ੍ਰੋਬਲਮ ਹੋਈ ਅਸੀਂ ਨਾਮ ਤੁਹਾਡਾ ਗੁਪਤ ਰੱਖਾਂਗੇ। ਸਾਨੂੰ ਜਿੰਨੇ ਵੀ ਵਿੱਚ ਅੰਦਰ ਦੀਆਂ ਗੱਲਾਂ, ਅੰਦਰ ਦੀਆਂ ਮਤਲਬ ਇਹ ਹੈ ਕਿ ਜੇ ਪਿੰਡਾਂ ਜਿਹੜੀ ਪ੍ਰੋਬਲਮਸ ਹੈਗੀਆਂ ਬਿਲਕੁਲ ਜਿਹੜਾ ਕਿਸੇ ਨੂੰ ਪਤਾ ਲੱਗ, ਸਾਨੂੰ ਇਨਫੋਰਮੇਸ਼ਨ ਦਿਓ, ਅਸੀਂ ਬਿਲਕੁਲ ਬਰੀਕੀ ਨਾਲ ਬਹੁਤ ਡੁਗਾਈਨਾਂ ਦੀ ਸਫਾਈ ਕਰ ਰਹੇ ਹਾਂ ਡਰੱਗਸ ਦੀ, ਤਾਂ ਕਿ ਜਿਹੜਾ ਡਰੱਗ ਸਾਡੇ ਆਇਆ ਹੋਇਆ ਉਹ ਤਾਂ ਖਤਮ ਕਰਨਾ ਕਰਨਾ, ਅਸੀਂ ਅੱਗੇ ਪੀੜ੍ਹੀਆਂ ਤੱਕ ਵੀ ਇਹ ਡਰੱਗ ਨੂੰ ਉੱਠਣ ਨਹੀਂ ਦੇਣਾ, ਜਿਹੜਾ ਇਹਦਾ ਇਹਨੂੰ ਸਿਰ ਨਹੀਂ ਚੁੱਕਣ ਦੇਣਾ, ਅਸੀਂ ਇਸ ਤਰੀਕੇ ਨਾਲ ਕੰਮ ਕਰਨਾ। ਮੇਰੀ ਅਪੀਲ ਇਹੀ ਹੈ ਕਿ ਪੂਰੀ ਪਬਲਿਕ ਜਿਹੜੀ ਹੈ ਪੰਜਾਬ ਦੀ, ਸਾਰੇ ਸਾਰੇ ਪੂਰਾ ਸਹਿਯੋਗ ਦੇਵੇ ਤਾਂ ਕਿ ਇਸ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੀਏ।
ਤੋ ਦੋਸਤੋ ਇਹ ਸਨ ਸਾਡੇ ਡੀ ਐਸ ਪੀ ਸਾਹਿਬ ਆਦਮਪੁਰ ਭੂਪੁਰ ਅਤੇ ਪਤਾਰਿਆਂ ਦੇ ਇਹ ਸੁਰਿੰਦਰ ਕੁਮਾਰ ਜੀ, ਬਹੁਤ ਬਹੁਤ ਧੰਨਵਾਦ ਸਰ, ਤੁਹਾਡਾ ਸੁਰਮਾ ਪੰਜਾਬ 'ਚ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਵੈਰੀ ਮਚ, ਥੈਂਕ ਯੂ।